ਇਹ ਸਖ ਕੌਮ ਦੇ ਉਹ ਹਨ ਅਰਮੋਲ ਹੀਰੇ ਦਾ ਘਾਰ ਹੈ ਜੋ ਪਿਛਲੇ 25-26 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦਾ ਨਜ਼ਰਬੰਦਾ ਹਨ ਕਿ ਸਰਕਾਰਾਂ ਇਸ ਮੁੱਦੇ ਤੋਂ ਫੇਰ ਸੱਤਾ ਦੇ ਵਿੱਚ ਆਉਂਦੀਆਂ ਰਹੀਆਂ ਨੇ ਸਿਆਸਤ ਕਰਦੀਆਂ ਰਹੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੀਆਂ ਰਹੇ ਪਰ ਮੁੱਦਾ ਉੱਠਦਾ ਆ ਰਿਹਾ ਪਰ ਉੱਠ ਕੇ ਮੁੱਦਾ ਫੇਰ ਬਹਿ ਜਾਂਦਾ ਆ ਸੀ ਹੁਣ 2 ਮਹੀਨੇ ਹੋ ਚੱਲੇ ਨੇ ਇਹ ਸਰਕਾਰ ਨੂੰ ਨਹੀਂ ਇਹ ਸਰਕਾਰ ਦੇ ਕੋਲੇ ਇਹਨਾਂ ਦੇ ਮੰਤਰੀ ਕੋਲੇ ਮੈਂ ਮਿਲਿਆ ਵੀ ਮੰਤਰੀ ਇਹਨਾਂ ਦੇ ਨੂੰ ਉਹਨੂੰ ਮੈਂ ਆਖਿਆ ਸੀ ਆਂਦੇ ਕਰਾਂ ਦੇ ਕਰਾਂ ਦੇ ਹੁਣ 2 ਮਹੀਨੇ ਹੋ ਚਲੇ ਆ ਵਾਢੀ ਇਹ ਕਰਕੇ ਤੂੜੀਆਂ ਤੜੀਆਂ ਬੰਦੀਆਂ ਕੋ ਫਿਰ ਮੂਹਰੇ ਟਲਾ ਜਾ ਹੋ ਗਿਆ ਮੈਂ ਸਾਰੇ ਜਹੇ ਬੰਦਿਆਂ ਨੂੰ ਈਨਲ ਕਰਦਾ ਤੇ ਵੱਧ ਤੋਂ ਵੱਧ ਜੋਰ ਲਾਉਣ ਤੇ ਹੁਣ ਜਿਹੜਾ ਪਰ ਨੂੰ ਅਧਿਆ ਕੀਤੀ ਜਾਵੇ ਜੇ ਨਾ ਜੋਰ ਲਾਇਆ ਜਹੇ ਬੰਦਿਆਂ ਨੇ ਤੇ ਇਹ ਸਰਕਾਰ ਦੇ ਕੰਨ ਤੇ ਜੂਣੀ ਸਰਕਣੇ ਗਰਨਮ ਦੇ ਦੌਰ ਦੀ ਗੱਲ ਕਰ ਲਈਏ 93 ਦੇ ਦੌਰ ਦੀ ਗੱਲ ਕਰ ਲਈਏ ਉਸ ਸਮਾਂ ਦਾ ਕੀ ਦੌਰ ਸੀਗਾ ਥੋੜੇ ਤੇ ਵੀ ਤਾਂ ਸੱਦ ਦੋਇਆ ਉਸ ਦੌਰ ਦੇ ਉੱਤੇ ਸਾਨੂੰ ਚੰਦੇਕਾਰਾਂ ਦੇ ਕੁੱਟਿਆ ਰਿਆ ਕੁੱਟ ਕੇ ਸਾਡੇ ਜਖਮਾਂ ਤੇ ਅਜੇ ਤੱਕ ਸਾਡੇ ਜਿਹੜੇ ਉਹ ਅੰਗ ਦੁਖਦੇ ਨੇ ਸਾਨੂੰ ਸਭ ਸੈਣੀ ਨੇ ਕਟਾਉਂਦਾਂ ਰਿਆ ਸੁਮੇਤ ਸੁਮੇਤ ਸੈਣੀ ਇਹ ਸੈਣੀ ਕਟਾਉਂਦਾਂ ਰਿਆ ਸਾਨੂੰ ਬਾਬ ਮਾਰਤਾ ਮਸੜ ਮਾਰਤਾ ਇਨਾਂ ਚਰ ਭੁੱਲ ਨੂੰ ਸਦਿਆਂ ਦੇਂਦੇ ਨੇ ਹੋਗੇ ਨੇ ਅਜੇ ਨਹੀਂ ਗਵਰਨਮੈਂਟ ਦਾ ਅਜੇ ਨਹੀਂ ਇਨਾਂ ਨੂੰ ਸਭਰਾ ਗਵਰਨਮੈਂਟ ਨੂੰ ਪਈ ਇਹਨੂੰ ਛੱਡੀਏ ਉਹ ਆਪ ਵਿਢਲਾ ਹਾਂ ਜਦੋਂ ਵੀਡੀਓ ਆਉਂਦੀ ਮੈਂ ਅੰਦਰ ਆ ਇਹ ਸ਼ੈਣੀ ਨੇ ਦੋ ਬੰਦੇ ਭੁੱਲਰ ਦਾ ਪਾਪ ਤੇ ਭੁੱਲਰ ਦਾ ਪਿਓ ਮਾਰਿਆ ਇਹ ਤੇ ਕਰਨਾ ਕਿ ਗਵਰਨਮੈਂਟ ਦੇ ਕਨਿਸ ਜੂ ਨਹੀਂ ਸਕੀ ਕਿ ਸ਼ੈਣੀ ਦਾ ਅਸੀਂ ਫੜ ਕੇ ਪਰਚਾ ਕਰੀਏ 1 ਸਾਲ ਹੋ ਗਿਆ ਪੁੱਤ ਨੂੰ ਤਰਸਦੀ ਤਰਸਦੀ ਵਿਚਾਰੀ ਆਪ ਕਲਾਂ ਚਾਰ ਚਲਾਣਾ ਕਰ ਗਈ ਹੁਣ ਵੀ ਗਵਰਨਮੈਂਟ ਨੂੰ ਚਾਹੀਦਾ ਬੰਦੇ ਘਰੇ ਨਹੀਂ ਕੋਈ ਤੇ ਛੱਡਣਾ ਚਾਹੀਦਾ ਭੁੱਲਰ ਨੂੰ ਹੁਣ ਵੀ ਕਰੇ ਗਵਰਨਮੈਂਟ ਕੀ ਸੋਚ ਰਹੀ ਕੀ ਨਹੀਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਪੰਜਾਬ న్యూਸ ਚੈਨਲ ਤੇ ਮੈਂ ਸਿਮਰਜੀਤ ਸਦਾਣਾ ਅਸੀਂ ਮੌਜੂਦਾ ਮਾਲਵੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਦੈਲਪਰਾ ਪਾਈ ਕਦੇ ਵਿੱਚ ਜਿਸ ਘਰ ਦੇ ਵਿੱਚ ਮਸੀਂ ਮੌਜੂਦ ਆ ਇਹ ਸਖ ਕੌਮ ਦੇ ਅਨਮੋਲ ਹੀਰੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦਾ ਘਰ ਆ ਜੋ ਪਿਛਲੇ 26 ਸਾਲਾਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਜੇਲ੍ਹ ਦੇ ਵਿੱਚ ਫੜੇ ਹੋਇਆ ਉਹ ਤੁਹਾਨੂੰ ਘਰ ਅਸੀਂ ਦਿਖਾ ਦਿੰਨੇ ਆ ਸਹਾਉਗੀ ਨੂੰ ਬੇਨਤੀ ਆ ਦਿਖਾ ਦਿੱਤਾ ਜਾਵੇ ਇਹ ਸਖ ਕੌਮ ਦੇ ਉਹ ਹਨ ਅਨਮੋਲ ਹੀਰੇ ਦਾ ਘਰ ਆ ਜੋ ਪਿਛਲੇ 25-26 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਆ ਨਜ਼ਰ ਪੰਦਾ ਹਨ ਕਿ ਸਰਕਾਰਾਂ ਇਸ ਮੁੱਦੇ ਦੇ ਉੱਪਰ ਸੱਤਾ ਦੇ ਵਿੱਚ ਆਉਂਦੀਆਂ ਰਹੀਆਂ ਨੇ ਸਿਆਸਤ ਕਰਦੇ ਨਹੀਂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਰਹੇ ਨੇ ਪਰ ਮੁੱਦਾ ਉੱਠਦਾ ਆ ਰਿਹਾ ਪਰ ਉੱਠ ਕੇ ਮੁੱਦਾ ਫਿਰ ਬਹਿ ਜਾਂਦਾ ਹੈ ਸਿਆਸਤ ਖੇਡੀ ਜਾਂਦੀ ਹੈ ਇਸ ਮੁੱਦੇ ਦੇ ਉੱਪਰ ਵੋਟਾਂ ਬਟੋਰੀਆਂ ਜਾਂਦਗਾਂ ਨੇ ਚਾਹੇ ਨਸ਼ੇ ਦੀ ਗੱਲ ਹੋਵੇ ਬੰਦੀ ਸਿੰਘਾਂ ਦੀ ਗੱਲ ਹੋਵੇ ਤਾਂ ਬੰਦੀ ਸਿੰਘਾਂ ਦੇ ਨਾਂ ਤੇ ਵੋਟਾਂ ਜਰੂਰ ਬਟੋਰੀਆਂ ਜਾਂਦਗਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਘਰ ਨੂੰ ਜਿੰਦਰੇ ਲੱਗੇ ਹੋਇਆ ਇਹ ਘਰ ਦੀਆਂ ਬੂਹੇ ਬਾਰੀਆਂ ਪ੍ਰੋਫੈਸਰ ਸਾਹਿਬ ਨੂੰ ਪਿਛਲੇ 25-26 ਸਾਲਾਂ ਤੋਂ ਡਿਕ ਰਹੇ ਆ ਇਹ ਘਰ ਦਾ ਬਿਹੜਾ ਉਦਾਸ ਹੈ ਇਸ ਘਰ ਦੇ ਵਿੱਚ ਹਰੂ ਚੀਜ਼ ਉਦਾਸ ਹੈ ਜੋ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਭੁੱਲਰ ਦੇ ਨਾਲ ਜੁੜੀ ਹੋਈ ਹੈ ਇਹ ਪੂਰਾ ਇੱਥੇ ਬਚਪਨ ਬੀਤਾ ਉਹਨਾਂ ਦਾ ਇੱਥੇ ਖੇਡਦੇ ਰਹੇ ਇਸ ਘਰ ਦੇ ਵਿੱਚ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਭੁੱਲਰ ਦੇ ਕਲਕਾਲੀਆਂ ਗੁੰਝੀਆਂ ਇਥੋਂ ਪੜ੍ਹਦੇ ਰਹੇ ਜਲਾਲ ਵੀ ਪੜ੍ਹੇ ਉਸ ਤੋਂ ਬਾਅਦ ਬੱਚੋ ਬਰਨਾਲੇ ਵੀ ਪੜ੍ਹਦੇ ਰਹੇ ਆ ਤਾਂ ਜਲੰਧਰ ਉਹਨਾਂ ਨੇ ਜਾ ਕੇ ਜਿਹੜੀ ਐਡਮਿਸ਼ਨ ਲੈਂਦੇ ਆ ਤੇ ਭੁੱਲਰ ਸਾਹਿਬ ਦਾ ਘਰ ਹੈ ਸਖ ਕੌਮ ਦੇ ਅਨਮੋਲ ਹੀਰੇ ਤੋ ਪਿਛਲੇ 25 26 ਸਾਲਾਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦਾ ਹੈ ਘਰ ਨੂੰ ਲੱਗੇ ਹੋਏ ਜ਼ਿੰਦਰੇ ਘਰ ਨੂੰ ਲੱਗੇ ਹੋਏ ਜ਼ਿੰਦਰੇ ਇਸ ਘਰ ਦੀ ਗਵਾਹੀ ਭਰਦੇ ਆ ਇਸ ਘਰ ਦੇ ਜ਼ਿੰਦਰੇ ਇਸ ਘਰ ਦੀਆਂ ਬੂਹੇ ਬਾਰੀਆਂ ਪਿਛਲੇ 25 26 ਸਾਲਾਂ ਤੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਉਡੀਕ ਕਰ ਰਹੀਆਂ ਨੇ ਉਹਨਾਂ ਦੀ ਉਡੀਕ ਕਰਦੇ ਉਹਨਾਂ ਦੀ ਮਾਂ ਇਸ ਦੁਨੀਆ ਤੋਂ ਰੁਕਸਤ ਹੋ ਗਈ 150 ਪਹਿਲਾਂ ਪੌਣੇ 200 ਪੌਣੇ 2 ਸਾਲ ਪਹਿਲਾਂ ਜਿਹੜੇ ਉਹਨਾਂ ਦੀ ਮਾਤਾ ਇਸ ਦੁਨੀਆ ਤੋਂ ਰੁਕਸਤ ਹੋ ਗਈ ਆ ਤਾਂ ਸੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਘਰ ਦੇ ਵਿੱਚ ਮੌਜੂਦ ਹੈ ਸੋ ਯੋਗ ਨੂੰ ਬੜਾ ਕਿਰਨ ਦਿਖਾ ਦਿੱਤਾ ਜਾਵੇ ਬਿਲਕੁਲ ਜਿੰਦਰੇ ਲੱਗੇ ਹੋਇਆ ਘਰ ਨੂੰ ਪਿਛਲੇ 25 26 ਸਾਲਾਂ ਤੋਂ ਇਸ ਘਰ ਦੇ ਇਸ ਘਰ ਦਾ ਬੇੜਾ ਇਸ ਘਰ ਦੇ ਬੂਹੇ ਬਾਰੀ ਇਸ ਘਰ ਦਾ ਸਾਜੋ ਸਮਾਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਨੂੰ ਗੁਹਾਰ ਲਗਾ ਰਿਹਾ ਹੈ ਆਪਦੇ ਮਾਲਕ ਨੂੰ ਉਡੀਕ ਰਿਹਾ ਤੇ ਸਮੇਂ ਦੀਆਂ ਸਰਕਾਰਾਂ ਨੂੰ ਲਾਣ ਦਾ ਪਾਉਂਦਾ ਹੈ ਕਰ ਸਮੇਂ ਦੀਆਂ ਸਰਕਾਰਾਂ ਨੂੰ ਲਾਣ ਤਾਂ ਪਾਉਂਦਾ ਸਮੇਂ-ਸਮੇਂ ਤੋਂ ਸਰਕਾਰਾਂ ਬਣਦੀਆਂ ਰਹੀਆਂ ਨੇ ਸੱਤਾ ਦੇ ਵਿੱਚ ਆਉਂਦੀਆਂ ਰਹੀਆਂ ਨੇ ਇਸ ਮੁੱਦੇ ਦੇ ਉੱਪਰ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਅਕਸਰ ਮੁੱਦਾ ਉੱਠਦਾ ਰਿਹਾ ਗੱਲ ਹੁੰਦੀ ਰਹੀ ਆ ਹੁਣ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਈਦਾ ਵੱਡੀ ਪੱਧ ਤੇ ਮੁੱਦਾ ਉੱਠਿਆ ਪਰ ਕਿਤਨਾ ਕਦੇ ਮੁੱਦਾ ਜਿਹੜਾ ਦਬ ਗਿਆ ਦਬ ਕੇ ਰਹਿ ਜਾਂਦਾ ਤਾਂ ਜਿਹੜੀ ਤਰਾਸ਼ਦੀ ਆ ਸਮੇਂ ਦੀਆਂ ਸਰਕਾਰਾਂ ਦੀ ਜਿਹੜੀ ਤਰਾਸ਼ਦੀ ਆ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਘਰ ਦੇ ਵਿੱਚ ਮਸੂਦ ਆ ਸਿੱਖ ਕੌਮ ਦਾ ਉਹ ਅਨਮੋਲ ਹੀਰਾ ਸਿੱਖ ਕੌਮ ਸਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਣੀ ਨੇ ਰਹਿਣੀ ਆ ਸਦਾ ਸਜਦਾ ਕੌਮਾ ਉਹ ਅਨਮੋਲ ਹੀਰਾ ਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਪਿੰਡ ਦਾਲਪਰਾਜ ਦੇ ਵਿੱਚ ਸੀ ਮੌਜੂਦ ਹੈ ਪਿਛਲੇ 25-26 ਸਾਲਾਂ ਤੋਂ ਇਹ ਘਰ ਉਹਨਾਂ ਨੂੰ ਡੀਕ ਰਿਹਾ ਹੈ ਉਡੀਕ ਰਿਹਾ ਹੈ ਕਿ ਕਦੋਂ ਉਹ ਘਰ ਦਾ ਮਾਲਕ ਇਸ ਘਰ ਦੇ ਵਿੱਚ ਪੈਰ ਪਾਵੇਗਾ ਪਰ ਸਮੇਂ ਦੀਆਂ ਸਰਕਾਰਾਂ ਦੀ ਇਹ ਨਲੈਕੀ ਹੈ ਇਹ ਤਰਾਸਦੀ ਹੈ ਕਿ ਅੱਜ ਤੱਕ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਫੜੇ ਹੋਏ ਨੇ ਤਾਂ ਪਿਛਲੇ 26 ਸਾਲਾਂ ਤੋਂ ਬੰਦ ਨੇ ਜੇਲ੍ਹ ਦੇ ਵਿੱਚ ਤਾਂ ਉਹਨਾਂ ਦੇ ਭਰਾ ਬਾਪਾ ਬਾਬਾ ਮੁਖਤਾਰ ਸਿੰਘ ਸੜ ਨਾਲ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕੀ ਸਮੇਂ ਦੀ ਸਰਕਾਰ ਦੇ ਕਿ ਆਸ ਬੱਜੀ ਆ ਉਹਨਾਂ ਨੂੰ ਕਿ ਨਵੀਂ ਸਰਕਾਰ ਜਿਹੜੀ ਬਣੀ ਆ ਕੀ ਲੱਗਦਾ ਸਤਿ ਸ਼੍ਰੀ ਅਕਾਲ ਬਾਪੂ ਠੀਕ ਠਾਕ ਸਤਿ ਸ਼੍ਰੀ ਅਕਾਲ ਵਹਿ ਜੀ ਕੀ ਖਾਲਸਾ ਵਹਿ ਜੀ ਕੀ ਫਤਿਹ ਬਾਪੂ ਅ ਸਲੇ ਪਚਿਆਂ 26 ਸਾਲਾਂ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਨਵੀਂ ਸਰਕਾਰ ਬਣੀ ਆ ਆਸ ਬੱਜੀ ਆ ਸਰਕਾਰ ਤੇ ਕੀ ਰਹੀ ਹੋ ਉਹਨਾਂ ਦੀ ਆ ਅਸੀਂ ਹੁਣ 2 ਮਹੀਨੇ ਹੋ ਚੱਲੇ ਨੇ ਇਹ ਸਰਕਾਰ ਨੂੰ ਨਹੀਂ ਇਹ ਸਰਕਾਰ ਦੇ ਕੋਲੇ ਇਹਨਾਂ ਦੇ ਮੰਤਰੀ ਕੋਲੇ ਮੈਂ ਮਿਲਿਆ ਵੀ ਮੰਤਰੀ ਇਹਨਾਂ ਦੇ ਨੂੰ ਹੂੰ ਉਹਨੂੰ ਮੈਂ ਆਖਿਆ ਇਹ ਆਂਦੇ ਕਰਾਂ ਦੇ ਕਰਾਂ ਦੇ ਹੁਣ 2 ਮਹੀਨੇ ਚੱਲਿਆ ਵਾਢੀ ਇਹ ਕਰਕੇ ਤੂੜੀਆਂ ਤੜੀਆਂ ਬੰਦੀਆਂ ਕੋ ਫਿਰ ਮੂਵੀਂ ਢਲਾ ਜਾ ਹੋ ਗਿਆ ਹੁਣ ਇਹ ਡੰਗ ਦਿਹਾੜੀ ਜਿਹੜਾ ਇੱਥੋਂ ਦਾ ਸਾਡਾ ਆਪਣਾ ਫੂਲ ਹਲਕੇ ਦਾ ਮੰਤਰੀ ਆ ਉਹਨੂੰ ਮੈਂ ਫੇਰ ਮਿਲਣਾ ਬਲਕਾਰ ਬਲਕਾਰ ਸਿੱਧੂ ਨੂੰ ਬਲਕਾਰ ਸਿੱਧੂ ਨੂੰ ਆ ਹੋ ਸਕਦਾ ਮੈਂ ਸਵੇਰੇ ਮਿਲਾਂ ਮਿਲਣਾ ਜ਼ਰੂਰ ਹੈ ਮੈਂ ਇਹਨੂੰ ਫੇਰ ਮੈਂ ਇਹਨੂੰ ਅੱਗੇ ਮਿਲ ਜਿੰਦੇ ਨਾਲ ਗੱਲ ਹੋਈ ਸੀ ਹੁਣ ਵੀ ਮੈਂ ਇਹਨੂੰ ਫੇਰ ਮਿਲਣਾ ਵੀ ਭੁੱਲਰ ਦਾ ਹੁਣ ਕੀ ਸੋਚਿਆ ਤੁਸੀਂ ਇਸ ਕਰਕੇ ਹੁਣ ਮੈਂ ਮਿਲਣਾ ਮੈਂ ਸਾਰੇ ਜਹੇ ਬੰਦਿਆਂ ਨੂੰ ਪੀਲ ਕਰਦਾ ਤੇ ਵੱਧ ਤੋਂ ਵੱਧ ਜੋਰ ਲਾਉਣ ਤੇ ਹੁਣ ਜਿਹੜਾ ਭੁੱਲਰ ਨੂੰ ਰਿਹਾ ਕੀਤੀ ਜਾਵੇ ਜੇ ਨਾ ਜੋਰ ਲਾਇਆ ਜਹੇ ਬੰਦਿਆਂ ਨੇ ਤੇ ਇਹ ਸਰਕਾਰ ਦੇ ਕੰਨ ਤੇ ਜੂ ਨਹੀਂ ਸਿਰਕਣੀ ਉਸ ਸਮੇਂ ਦਾ 92 ਦੇ ਦੌਰ ਦੀ ਗੱਲ ਕਰ ਲਈਏ 93 ਦੇ ਦੌਰ ਦੀ ਗੱਲ ਕਰ ਲਈਏ ਉਸ ਸਮੇਂ ਦਾ ਕੀ ਦੌਰ ਸੀਗਾ ਥੋੜੇ ਤੇ ਵੀ ਤਾਂ ਸੱਦ ਹੋਇਆ ਉਸ ਦੌਰ ਦੇ ਉੱਤੇ ਜੀ ਸਾਡੇ ਤੇ ਬਹੁਤ ਸੱਦ ਹੋਇਆ ਜਿਵੇਂ ਦਵਿੰਦਰਪਾਲ ਭੁੱਲਰ ਨਹੀਂ ਫੜਿਆ ਗਿਆ ਸਾਨੂੰ ਚੰਦੀ ਕਾੜੇ ਵੀ ਕੁੱਟਿਆ ਰਿਹਾ ਕੁੱਟ ਕੇ ਸਾਡੇ ਜ਼ਖਮਾਂ ਤੇ ਅਜੇ ਤੱਕ ਸਾਡੇ ਜਿਹੜੇ ਉਹ ਅੰਗ ਦੁਖਦੇ ਨੇ ਸਾਨੂੰ ਸਭ ਸੈਣੀ ਨੇ ਕਟਾਉਂਦਾ ਰਿਹਾ ਸੁਮੇਤ ਸੁਮੇਤ ਸੈਣੀ ਸੁਮੇਤ ਸੈਣੀ ਕਟਾਉਂਦਾ ਰਿਹਾ ਸਾਨੂੰ ਸੁਮੇਤ ਸੈਣੀ ਨੇ ਦਵਿੰਦਰਪਾਲ ਭੁੱਲਰ ਦੇ ਲੋਹੇ ਦੀਆਂ ਮੰਗਲੀਆਂ ਸਭ ਮੇਰੇ ਕੋਲ ਫੇਰ ਫੇਰਦੇ ਰਹੇ ਨੇ ਤੇ ਇਹ ਇੱਕ ਪਤਾ ਨਹੀਂ ਕਿਹੜੀ ਜਨਾਨੀ ਇਹ ਜਨਾਨੀ ਨੂੰ ਬੜਾ ਪੁਰਸ ਵਾਲੇ ਕੁੱਟਦੇ ਰਿਹਾ ਜਦੋਂ ਹੁਕਮ ਕਰਦਾ ਸਭ ਸੈਣੀ ਫਲਾਣੇ ਜ਼ਿਲ੍ਹੇ ਵਾਲੇ ਨੂੰ ਲਿਆਓ ਉਦੋਂ ਉਦੋਂ ਸਾਨੂੰ ਇਹ ਫੜਦੇ ਸਾਨੂੰ ਆਂਦੇ ਫਲਾਣੇ ਜ਼ਿਲ੍ਹੇ ਵਾਲੇ ਬਠਿੰਡੇ ਜਿਹੜੇ ਵਾਲੇ ਨੂੰ ਲਿਆਓ ਉਦੋਂ ਉਹ ਸਾਨੂੰ ਫੜਦੇ ਸੀ 8 ਦਿਨ ਸਾਨੂੰ ਇਹਨਾਂ ਨੇ ਚੰਦੀ ਘਰ ਰੱਖਿਆ 8 ਦਿਨ ਅਸੀਂ ਮਣੀ ਮੱਜਰੇ ਰਹੇ ਆ ਸਾਡੇ ਨਾਲ ਸੂਬੇਦਾਰ ਮੇਜੇ ਸੂਬੇਦਾਰ ਸੀ ਉਹਨੂੰ ਕਮਲਜੀਤ ਬਨੂਟ ਵਾਲੇ ਨੇ ਛਡਾਇਆ ਸੀ ਉਹਨੂੰ ਤੀਜੇ ਦਿਨ ਮਗਰੋਂ ਕੁੱਟ ਕੇ ਉਹ ਸਭ ਸੈਣੀ ਨੇ ਕੁੱਟ ਕੇ ਉਹਨੂੰ ਤਿੱਜੇ ਦੇ ਮਗਰੋਂ ਕਮਲਜੀਤ ਦੇ ਹਵਾਲੇ ਕੀਤਾ ਸੀ। ਹੂੰ ਇਸ ਕਰਕੇ ਸਾਡੇ ਇਹ ਹੁਣ ਵੀ ਸਾਡੇ ਨਾਲ ਇਹ ਇੱਕ ਵੱਡ ਭੂਆ ਦਾ ਮੁੰਡਾ ਜੇ ਦਿਮਾਗ ਤੋਂ ਫਰਕ ਪਾਏ ਜਾਂਦਾ ਐ ਇਹਨੇ ਪੀਗੀ ਚਲੋ ਸਾਡੇ ਦੇ ਕੀਤੀਆਂ ਨੇ ਭੁੱਲਰ ਦਾ ਬਾਪ ਮਾਰਤਾ ਮਾਸੜ ਮਾਰਤਾ ਇਨਾਂ ਚਿਰ ਭੁੱਲ ਨੂੰ ਸਦੀਆਂ ਦੇਂਦੇ ਨੇ ਹੋਗੇ ਨੇ ਅਜੇ ਨਹੀਂ ਗਵਰਨਮੈਂਟ ਦਾ ਅਜੇ ਨਹੀਂ ਇਹਨਾਂ ਨੂੰ ਸਭਰਾ ਗਵਰਨਮੈਂਟ ਨੂੰ ਪਈ ਇਹਨੂੰ ਛੱਡ ਗਏ ਉਹ ਭੁੱਲਰ ਆਪ ਵਿਟਲਾ ਹੂੰ ਆਪ ਵਿਟਲਾ ਆਇਆ ਹੋਂ ਤੱਕ ਮੈਂ हां ਜਦੋਂ ਵੀਡੀਓ ਆਉਂਦੀ ਹੈ ਮੈਂ ਅੰਦਰ ਆ ਕਿ ਸ਼ੈਣੀ ਨੇ ਦੋ ਬੰਦੇ ਭੁੱਲਰ ਦਾ ਪਾਪ ਤੇ ਭੁੱਲਰ ਦਾ ਪਿਓ ਮਾਰਿਆ ਇਹ ਤੇ ਕਰਨਾ ਕਿ ਗਵਰਨਮੈਂਟ ਦੇ ਕਨੇ ਜੂ ਨਹੀਂ ਸਰਕੇ ਕਿ ਸ਼ੈਣੀ ਦਾ ਅਸੀਂ ਫੜ ਕੇ ਪਰਚਾ ਕਰੀਏ ਹੂੰ ਪਰਚਾ ਕਰੀਏ ਥੋੜੀ ਹੁਣ ਭੁੱਲਰ ਸੌਣਾ ਕਦੇ ਮੁਲਾਕਾਤ ਹੋਈ ਸੀ ਪਿਛਲੇ 10 ਸਮੇਂ ਦੇ ਵਿੱਚ ਨਹੀਂ ਜੀ ਵਾ ਵਾ ਚਲੇ 3-4 ਮਹੀਨੇ ਪੰਜ ਉਹਦਾ ਭੁੱਲਰ ਨਾਲ ਸਾਡੀ ਗੱਲਬਾਤ ਦੋ ਸਾਲ ਹੀ ਹੋ ਚਲੇ ਉਹਦੋਂ ਮਗਰੋਂ ਨਹੀਂ ਹੋਈ ਨਾ ਮੈਨੂੰ ਮਿਲਿਆ ਨਹੀਂ ਮੈਨੂੰ ਫਿਰ ਜੀ ਠੀਕ ਸੀਗੇ ਉਦੋਂ ਨੇ ਗਾਦਾ ਠੀਕ ਸੀ ਵ ਘਟ ਬੋਲਦਾ ਸੀ ਹੁਣ ਤਾਂ ਅਗਰੋਂ ਕੁਝ ਠੀਕ ਸੀ ਉਹਦਾ ਟੱਬਰ ਰੋਟੀ ਰਾਟੀ ਪਕਾਪੂ ਕੇ ਜੇਲ੍ਹ ਵਿੱਚ ਦੇਜ ਦੂ ਕੇ ਆਉਂਦੀ ਆ ਹਾਂ ਉਹ ਗਰੋਂ ਠੀਕ ਹੈ ਹੁਣ ਮੈਂ ਹੁਣ ਮੈਂ ਸਾਰੇ ਜਹੇ ਬੰਦਿਆਂ ਨੂੰ ਅਪੀਲ ਕਰਦਾ ਕਿ ਜਿਹੜੇ ਜਿਹੜੇ ਮਤ ਕਰਦੇ ਸਾਰਾ ਸਾਨੂੰ ਪਤਾ ਲੱਗ ਜਾਂਦਾ ਫਲਾਣਾ ਬੰਦਾ ਮਤ ਕਰਦਾ ਇਹ ਕਰਕੇ ਮੈਂ ਵਾਅਦ ਤੋਂ ਵਾਅਦ ਸਾਰੇ ਜਹੇ ਬੰਦਿਆਂ ਕੇ ਅਪੀਲ ਕਰਦਾ ਕਿ ਵਾਅਦ ਤੋਂ ਵਾਅਦ ਜੋਰ ਲਾਇਆ ਜਾਵੇ ਜਿਹੜਾ ਹੁਣ ਭੁੱਲਰ ਨੂੰ ਛਡਾਇਆ ਜਾਵੇ ਭੁੱਲਰ ਨੂੰ ਬਹੁਤ ਉਹ ਚਲਿਆ ਜੇਲ੍ਹ ਵਿੱਚ ਬੰਦ ਹੋਏ ਨੂੰ ਨਵਾਸ ਹੈ ਮੌਜੂਦਾ ਸਰਕਾਰ ਤੇ ਜਿਹੜੀ ਮੌਜੂਦਾ ਸਰਕਾਰ ਆ ਪਹਿਲਾਂ ਵੀ ਸਰਕਾਰਾਂ ਐਸੇ ਮੁੱਦੇ ਤੇ ਬਣਦੀਆਂ ਰਹੀਆਂ ਨੇ ਕਿ ਨਸ਼ੇ ਦਾ ਮੁੱਦਾ ਹੋਵੇ ਇਹ ਵੀ ਸਰਕਾਰ ਐਸੇ ਮੁੱਦੇ ਤੇ ਬਣੀ ਆਸ ਹੈ ਕਿ ਇਹ ਸਰਕਾਰ ਹਾਈ ਕਰਵਾ ਪਾਉਗੀ ਪਪੂਲਰ ਸਾਹਿਬ ਦੀ ਇਹ ਜੀ ਹੁਣ ਦੇ ਦੂਜੇ ਪਾਰਟੀਆਂ ਜਿਹੜੀਆਂ ਨੇ ਉਹ ਜ਼ੋਰ ਲਾਉਂਦੀਆਂ ਤਾਂ ਆਪੇ ਸਰਕਾਰ ਨੂੰ ਮੰਨਣਾ ਪਊ ਆਪੇ ਮੰਨਣਾ ਪਊ ਹੁਣ ਮੋਦੀ ਸਾਹਿਬ ਵੀ ਮੰਨਿਆ ਹੈ ਜੇ ਜ਼ਿੰਮੇਵਾਰ ਉਥੇ ਸਾਲ ਭਰ ਬੈਠੇ ਰਹੇ ਦਿੱਲੀ ਮੋਦੀ ਸਾਹਿਬ ਨੂੰ ਮੰਨਣਾ ਪਿਆ ਜੇ ਉਹ ਆਪਣਾ ਨਾਲ ਪਾਰਟੀਆਂ ਜ਼ੋਰ ਲਾਉਂਦੀਆਂ ਸਾਰੇ ਤਾਂ ਆਪੇ ਸਰਕਾਰ ਮੰਨੂ ਇਹ ਪਾਰਟਾਂ ਸਾਰੇ ਲਾਉਣ ਦੇ ਜੋਰ ਆਪੇ ਸਰਕਾਰ ਨੂੰ ਮੰਨਣਾ ਪਊ ਭੁੱਲਰ ਸਾਹਿਬ ਦੀ ਜਿਹੜੀ ਪੜਦੇ ਹੁੰਦੇ ਸੀ ਜਿਹੜੀ ਪੜ੍ਹਾਈ ਦੀ ਸ਼ੁਰੂਆਤ ਹੋਈ ਆ ਇੱਥੇ ਹੀ ਪੜ੍ਹਾਈ ਦੀ ਸ਼ੁਰੂਆਤ ਹੋਈ ਆ ਉਹਨਾਂ ਦੀ ਪੜ੍ਹਾਈ ਦਾਹਜ ਮਾਤਾ ਜਲਾਲ ਪੜਿਆ ਮੁਰਕੇ ਜਲੰਧਰ ਪੜਦਾ ਰਿਹਾ 2 ਸਾਲ ਪ੍ਰੋਫੈਸ਼ਨ ਲੱਗਾ ਰਿਹਾ ਲੁਧਿਆਣੇ ਸਕੂਲ ਚੋਂ ਉਹਨੋਂ ਭੁੱਲਰ ਦੀ ਕਿਸਮ ਤੇ ਨਾਂ ਤਾਂ ਕੋਈ ਨੇ ਅਜੇ ਤੱਕ ਜਲਾਲ ਕਾ ਮੜਾ ਕੰਮ ਕੀਤਾ ਨਾ ਕੋਈ ਜਲੰਧਰ ਕੀਤਾ ਨਾ ਹੁਣ ਵੀ ਪਟਿਆਲ ਤੇ ਹੁੰਦਾ ਕਿੰਨਿਆਂ ਕਿਉਂਦੇ ਕੋਈ ਤੇ ਅਖਬਾਰ ਤੇ ਖਬਰ ਆਈ ਆ ਪਿਆ ਭੁੱਲਰ ਨੇ ਫਲਾਣਾ ਕੰਮ ਕੀਤਾ ਇਹ ਗਵਰਨਮੈਂਟ ਜੋ ਮਰਜ਼ੀ ਪੁੱਲਰ ਦੇ ਬਣਾਈ ਜਾਵੇ ਪੁੱਲਰ ਦੇ ਹੁਣ ਪੁੱਲਰ ਦੇ 100 ਗਵਾਹ ਸੀ ਇੱਕ ਗਵਾਹ ਵੀ ਨਹੀਂ ਭੁਗਤਿਆ ਹਾਈ ਕੋਰਟ 'ਚ ਇੱਕ ਗਵਾਹ ਵੀ ਨਹੀਂ ਭੁਗਤਿਆ ਉਹਨਾਂ ਨੇ ਫੇਰ ਹੁਣ ਹਿਸਾਬ ਨਾਲ 30 40 ਸਾਲ ਉੱਤਲੇ ਪੁੱਲਰ ਨੂੰ ਮੁਕਾਈ ਆਉਂਦੇ ਨੂੰ ਵੀ ਅੱਜ ਛੱਡਦੇ ਆ ਭੜਕੇ ਛੱਡਦੇ ਆ ਅੱਜ ਤੇ ਨਹੀਂ ਛੱਡਦੇ ਨਹੀਂ ਛੱਡਦੇ ਉਹ ਜਥੇਬੰਦੀ ਸਿੱਖ ਜਥੇਬੰਦੀਆਂ ਪੰਜਾਬ ਦੇ ਵਿੱਚ ਬੜੀਆਂ ਬਲੀਆਂ ਹੋਈਆਂ ਨੇ ਕੋਈ ਸਿੱਖ ਜਥੇਬੰਦੀ ਸੁੱਣ ਨਾਲ ਆ ਕੇ ਖੜੀ ਆ ਕਿ ਤੋੜਨਾ ਅਸੀਂ ਨਾਲ ਖੜੇ ਆ ਘਬਰਾਉਣ ਦੀ ਲੋੜ ਨਹੀਂ ਜੀ ਇੱਥੇ ਸਾਡੇ ਘਰੇ ਨਹੀਂ ਆਇਆ ਦਿੱਲੀ-ਦੁਲੀ ਤਾਂ ਨਾਲ ਜਥੇਬੰਦੀਆਂ ਸਾਰੀਆਂ ਜਾਂਦੀਆਂ ਨੇ ਧਰਨੇ ਤੁਰਨੇ ਸਿੱਖ ਪਾਈਚਾਰਾ ਸਾਰਾ ਜਾਂਦਾ ਰਿਹਾ ਹੈ ਤੈਨੂੰ ਸਹੀ ਤਾਂ ਅਸੀਂ ਇੱਥੇ ਇੱਥੇ ਤਾਂ ਨਹੀਂ ਘਰੇ ਨਹੀਂ ਕੋਈ ਆ ਘਰੇ ਭੁੱਲਰ ਦਾ ਹੈ ਨਹੀਂ ਭੁੱਲਰ ਦੇ ਪਰਿਵਾਰ ਦੇ ਇੱਥੇ ਮਈਓ ਕੱਲਾ ਆਏ ਹੁਣ ਹੂੰ ਹੋਰ ਨਹੀਂ ਵੀ ਕੋਈ ਵੇਗਾ ਸਾਰਾ ਤੁਹਾਡੇ ਕੋਲੇ ਆਇਆ ਕੋਈ ਨਹੀਂ ਸਾਡੇ ਕੋਲੇ ਕੋਈ ਨਹੀਂ ਆਇਆ ਉਨ ਜੀ ਸਾਡੇ ਕੋਲੇ ਕੋਈ ਨਹੀਂ ਆਇਆ ਤਾਂ ਜਿਹੜੀ ਭੁੱਲਰ ਸਾਹਿਬ ਦੇ ਘਰ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਤੁਸੀਂ ਕਰਦੇ ਹੋ ਨਹੀਂ ਜੀ ਭੁੱਲਰ ਦੇ ਘਰ ਹੋਰ ਕਰਦੇ ਮੇਥੋਂ ਉਹਨਾ ਅੱਜ ਕੱਲ ਤਾਂ ਆਪ ਦਾ ਕੰਮ ਨਹੀਂ ਹੁੰਦਾ ਹੁਣ ਭੁੱਲਰ ਦੇ ਵੇਖੋ ਸਾਰੇ ਬੂਵੇ ਢੱਠ ਦੇ ਜਾਂਦੇ ਨੇ ਉਤੋਂ ਛੱਤਾ ਢੱਠ ਦੀਆਂ ਜਾਂਦੀਆਂ ਨੇ ਕਾਰੀ ਵਾਲੇ ਦੀ ਛੱਤ ਸਾਰਾ ਵਹਿੰਦਾ ਜਾਂਦਾ ਹੁਣ ਜੇ ਭੁੱਲਰ ਨੂੰ ਛੱਡਾ ਜਾਏ ਭੁੱਲਰ ਆਪਦੇ ਆਉਣ ਕੇ ਘਰ ਦੀ ਮਰਮਤ ਕਰਾ ਸਕਦਾ ਹੁਣ ਭੁੱਲਰ ਉਹ ਨਹੀਂ ਜੇ ਆਉਂਦਾ ਨਹੀਂ ਜਿੰਨੇ ਜਿਹੜੀ ਗਵਰਨਮੈਂਟ ਛੱਡਦੀ ਨਹੀਂ ਛੱਡਦੀ ਨਹੀਂ ਜੇਕਰ ਪਰੋਲ ਤੇ ਆਉਂਦਾ ਤੇ ਉਹ ਅੰਮ੍ਰਿਤਸਰ ਆਉਂਦਾ ਅੰਮ੍ਰਿਤਸਰੋਂ ਫੇਰ ਜੇ ਕਿਤੇ ਇੱਥੇ ਆਵੇ ਤੇ ਮਜੂਰੀ ਲੈ ਕੇ ਆਉਣਾ ਪੈਂਦਾ ਉਤਰਾਂ ਨਹੀਂ ਆਉਣਾ ਪੈਂਦਾ ਹੂੰ ਤੁਹਾਡੀ ਕਿਤੇ ਮੁਲਾਕਾਤ ਬੀਤੇ ਸਮੇਂ ਦੇ ਵਿੱਚ ਕਿਸੇ ਮੰਤਰੀ ਦੇ ਨਾਲ ਹੋਈ ਹੈ ਜਾਂ ਐਮ.ਐਲ.ਏ ਦੇ ਨਾਲ ਹੋਈ ਹੈ ਕੀ ਕਹਿ ਰਹੇ ਆ ਹੁਣ ਐਮ.ਐਲ.ਏ ਨੇ ਜੀ ਬਲਕਾਰ ਸਿੱਧੂ ਨੂੰ ਮੈਂ ਮਿਲਿਆ ਸਾਂ ਹੂੰ ਕਰੀਬਨ ਮਹੀਨਾ ਹੀ ਹੋ ਗਿਆ ਹੂੰ ਤੇ ਹੁਣ ਮੈਂ ਫੇਰ ਡੰਗ ਦਿਹਾੜੀ 'ਚ ਹੋ ਸਕਦਾ ਮੈਨੂੰ ਪਤਾ ਲੱਗਾ 3.5 ਘੰਟ ਆਉਣਾ ਸਵੇਰੇ ਤੇ ਮੈਂ ਸਵੇਰੇ ਬਲਕਾਰ ਸਿੱਧੂ ਨੂੰ ਮਿਲਣਾ ਐਤਵਾਰ ਫੇਰ ਮਿਲਣਾ ਭੁੱਲਰ ਦੇ ਖਾਤਰ ਮਿਲਣਾ ਮੇਰੇ ਨਾਲ ਭੁੱਲਰ ਨਾਲ ਵਲਕਾਰ ਸਿੰਘ ਦਾ ਗੱਲ ਵੀ ਹੋਈ ਸੀ ਭੁੱਲਰ ਦੇ ਬਾਰੇ ਹੋਈ ਵੀ ਸੀ ਤੇ ਅਸੀਂ ਉਹਨੂੰ ਛੜਾਵਾ ਦੇ ਸਾਡੇ ਇਥੇ ਆਪਣੇ ਦਿਆਲਪੁਰੇ ਸਰਜੀਤਪੁਰੇ ਵਿੱਚ ਆਇਆ ਸੀ ਸਪੀਕਰ 'ਚ ਬੋਲਿਆ ਵੀ ਆ ਤੇ ਅਸੀਂ ਭੁੱਲਰ ਨੂੰ ਛੜਾਵਾ ਦੇ ਹੁਣ ਮੈਂ ਉਹਨੂੰ ਬਲਕਾਰ ਸਿੰਘ ਨੂੰ ਇਹ ਸਵਾਲ ਪੁੱਛਣਾ ਵੀ ਹੁਣ ਦੋ ਮਹੀਨੇ ਤੁਹਾਨੂੰ ਸਰਕਾਰ ਬਣੀ ਹੋਏ ਉਹਨੂੰ ਛੜਾਇਆ ਜਾਵੇ ਜੀ ਦੇ ਭਗਵਾਨ ਤਮਾਨ ਕੋਲੇ ਵੀ ਜਾਉਂ ਭਗਵਾਨ ਤਮਾਨ ਦੇ ਤਾਂ ਮੈਂ ਪਿੰਡ ਵੀ ਗਿਆ ਹਾਂ ਅੱਗੇ ਵੀ ਤੁਹਾਨੂੰ ਦੱਸਿਆ ਪਿੰਡ ਵੀ ਗਿਆ ਹਾਂ ਮਿਲੇ ਸੀ ਉੱਥੇ ਨਹੀਂ ਮਿਲੇ ਨਹੀਂ ਸੀ ਇਹਦਾ ਆਪਣਾ ਭਾਈਚਾਰੇ ਨੂੰ ਮੈਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਆਂ ਵੀ ਭਗਵਾਨਤ ਮਾਨ ਨੂੰ ਆਖੋ ਵੀ ਕੇਸਰੀਵਾਦ ਤੋਂ ਸਹਿਸਣ ਕਰਾ ਕੇ ਤੇ ਉਹਨੂੰ ਛਡਾਇਆ ਜਾਵੇ। ਹੂੰ। ਬੱਪੂ ਰਿਹਾਈ ਲੰਮੇ ਸਮੇਂ ਤੋਂ ਲੰਕੀ ਹੋਈ ਐ। 25-26 ਸਾਲ ਜੇਲ੍ਹ ਦੇ ਵਿੱਚ ਭੁੱਲਰ ਸਾਹਿਬ ਨੂੰ ਹੋ ਗਏ। ਹਾਲਾਂਕਿ ਬਹੁਤੇ ਕੇਸਾਂ ਦੇ ਵਿੱਚ ਉਹ ਭਰੀ ਵੀ ਹੋ ਚੁੱਕੇ। ਲੱਗਦਾ ਕਿ ਛੇਤੀ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਹੋ ਜਾਊਗੀ। ਜੀ ਗਵਰਨਮੈਂਟ ਜੇ ਕਰਨ ਵਾਲੀ ਹੋਵੇ ਤੇ ਗਵਰਨਮੈਂਟ ਦੋ ਦਿਨਾਂ 'ਚ ਸਾਰਾ ਕੰਮ ਕਰ ਸਕਦੀ। ਗਵਰਨਮੈਂਟ ਜੇ ਦੋ ਦਿਨਾਂ 'ਚ ਕੰਮ ਪਰ ਜਿੰਨੇ ਜਰ ਭੁੱਲਰ ਨੂੰ ਉਹਨੇ ਸਾਡਾ ਮਨ ਨਹੀਂ ਮੰਨਦਾ ਜਿੰਨੇ ਜਰ ਭੁੱਲਰ ਨੂੰ ਵਿਸ਼ਵਾਸ ਸਾ ਤੁਹਾਨੂੰ ਇਸ ਸਰਕਾਰ ਤੇ ਸਾਡੇ ਸਰਕਾਰ ਦੇ ਜਿੰਨੇ ਜਰ ਭੁੱਲਰ ਨੂੰ ਘਰੇ ਨਹੀਂ ਆਉਂਦਾ ਸਾਡਾ ਉਹਨੇ ਜ ਮਨ ਨਹੀਂ ਮੰਨਦਾ ਸਾਡਾ ਮਨ ਅੱਗੇ ਵੀ ਡਰਦਾ ਸੀ ਜਦੋਂ ਮੋਦੀ ਸਾਹਿਬ ਨੇ ਆਖਿਆ ਸੀ ਵੀ ਅਸੀਂ ਇਹਨਾਂ ਬੰਦਿਆਂ ਨੂੰ ਛੱਡਦਾ ਸਾਡਾ ਮਨ ਡਰਦਾ ਸੀ ਕਿ ਜਿੰਨੇ ਜਰ ਭੁੱਲਰ ਘਰੇ ਨਾ ਵੇ ਉਹਨਾਂ ਕੀ ਪਤਾ ਲੱਗਦਾ ਉਹੋ ਗੱਲ 4 ਸਾਲ ਹੋਤੇ ਲੈ ਗੱਲ ਨੂੰ ਫੇਰ ਫੇਰ ਗਵਰਨਮੈਂਟ ਫੇਰ ਚੋਪਾ ਤਾਂ ਐਸਾ ਮੁੱਦੇ ਤੇ ਸਰਕਾਰਾਂ ਬਣਦੀਆਂ ਰਹੀਆਂ ਨੇ ਬਾਪੂ ਵੀ ਇਸ ਗੱਲ ਨੂੰ ਖਰੇ ਕੀ ਸਰਕਾਰਾਂ ਇਸ ਮੁੱਦੇ ਤੇ ਬਣਦੀਆਂ ਰਹੀਆਂ ਨੇ ਵੋਟਾਂ ਵੀ ਲੈਂਦੀਆਂ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਸ ਮੁੱਦੇ ਤੋਂ ਮੁੱਦਾ ਠਾ ਕੇ ਦੂਜੇ ਪਾਸੇ ਨਕਾਰਾ ਕਰ ਲੈਂਦੀਆਂ ਨੇ ਨਕਾਰਾ ਕਰ ਲਿਆ ਜਾਂਦਾ ਪਰ ਸਿੱਖ ਕੌਮ ਦਾ ਉਹ ਅਨਮੋਲ ਹੀਰਾ ਨੇਕਾ ਜਿਹੜੇ ਬੰਦੀ ਸਿੰਘ ਕੋਈ 25 ਸਾਲਾਂ ਤੋਂ 30 ਸਾਲਾਂ ਤੋਂ 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਰਿਹਾ ਰਿਹਾ ਨਜ਼ਰਮੰਦ ਆ ਬੰਦ ਕੀਤੇ ਹੋਇਆ ਤਾਂ ਲੰਮੇ ਸਮੇਂ ਤੋਂ ਜਿਹੜੀ ਰਿਹਾਈ ਆ ਉਹਨਦੀ ਲਮਕੀ ਹੋਈਆਂ ਤਾਂ ਬਾਬੂ ਕੀ ਅਪੀਲ ਸਿੱਖ ਜਨ ਦੇ ਬੰਦਿਆਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਤੁਸੀਂ ਬੰਦੇ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਜਿੰਨੇ ਸੇਗਰ ਭੜੇ ਨੇ ਵਾਵਾ ਚਿਰ ਦੇ ਫੜੇ ਨੇ ਉਹਨਾਂ ਦਾ ਸਾਰਿਆਂ ਨੂੰ ਰਿਹਾਅ ਕੀਤੀ ਜਾਵੇ ਮੇਰੇ ਨੂੰ ਮੈਂ ਮੰਨਤ ਕਰਦਾ ਸਾਰਿਆਂ ਦੀ ਉਹਨਾਂ ਜਿਹੇ ਬੰਦਿਆਂ ਸਾਰਿਆਂ ਨੂੰ ਰਿਹਾਅ ਕਰਾਇਆ ਜਾਵੇ ਇਹ ਹੱਥ ਜੋੜ ਕੇ ਮੈਂ ਮੰਨਤ ਕਰਦਾ ਸਾਰੇ ਜਿਹੇ ਬੰਦਿਆਂ ਦੀ ਜੋਰ ਲਾ ਕੇ ਉਹਨਾਂ ਸਾਰਿਆਂ ਨੂੰ ਰਿਹਾਅ ਕਰਾਇਆ ਜਾਵੇ ਉਹਨਾਂ ਬੜਾ ਬੜਾ ਚਿਹਰਾ ਤੇ ਜੇਲ੍ਹ ਚ ਫੜਿਆ ਨੂੰ ਉਹਨਾਂ ਨੂੰ ਹੋਰ ਰਿਹਾਅ ਇਹਨਾਂ ਨੂੰ ਕਰਨਾ ਚਾਹੀਦਾ ਗੱਲ ਕਰ ਲਈ ਭੁੱਲਰ ਸਾਹਿਬ ਦੇ ਮਾਤਾ ਵੀ ਸੀਗੇ ਮਾਤਾ ਜੀ ਪਿਛਲੇ ਸਮੇਂ ਦੇ ਵਿੱਚ ਸਰਗਵਾਸ ਹੋ ਗਏ ਹਾਂਜੀ ਉਹਨੂੰ 1.5 ਸਾਲ ਹੋ ਗਿਆ ਸੁਰਗਵਾਸ ਹੋ ਗਈ ਸੀ ਅੱਗੇ ਇੱਥੇ ਯਾਰ ਪਰ ਆਉਂਦੀ ਵੀ ਰਹੀ ਏ ਭੁੱਲਰ ਨੂੰ ਉੱਥੇ ਦਿੱਲੀ ਮਿਲਦੀ ਵੀ ਰਹੀ ਏ ਤੇ ਉਹ ਹੁਣ ਉੱਥੇ ਜਾ ਕੇ ਉਹਨੂੰ ਦਰੰਗ ਦਰੂੰਗੋ ਹੋ ਗਿਆ ਸੀ ਆਪਣਾ ਅਮਰੀਕਾ ਜਾ ਕੇ ਉੱਥੇ ਹੁਣ 1.5 ਸਾਲ ਹੋ ਗਿਆ ਸੁਰਗਵਾਸ ਹੋ ਗਈ ਵਿਚਾਰੀ ਅੱਗੇ ਆਉਂਦੀ ਭੁੱਲਰ ਦਾ ਉਹ ਆਉਂਦੀ ਨਹੀਂ ਮੇਰਾ ਪੁੱਤ ਮੇਰੇ ਜੇ ਮੇਰੇ ਕਲੇਜੇ ਠੰਡ ਪੈ ਜੇ ਤੇ ਉਹ ਪੁੱਤ ਨੂੰ ਤਰਸ ਦੀ ਮਰ ਗਈ ਵਿਚਾਰੀ ਮਾਂ ਦਾ ਰਤਵਾ ਅਕਸਰ ਬਰਾਬਰ ਦੇ ਬਰਾਬਰ ਦੇ ਰੱਬ ਦੇ ਬਰਾਬਰ ਮੰਨਿਆ ਜਾਂਦਾ ਹੈ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਗਈ ਭੁੱਲਰ ਸਾਹਿਬ ਦੀ ਰਿਹਾਈ ਕਰਵਾ ਚੁ ਕਰਵਾਈ ਜਾ ਸਕੀ ਪਰ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਾਫ਼ ਦੇ ਵਿੱਚ ਹਾਂਜੀ ਹਾਂਜੀ ਉਹ ਇਸ ਕਰ ਤੋਂ 1.5 ਸਾਲ ਹੋ ਗਿਆ ਪੁੱਤ ਨੂੰ ਤਰਸ ਦੀ ਤਰਸ ਦੀ ਵਿਚਾਰੀ ਆਪ ਕਲਾਂ ਕਾਰ ਚਲਾਉਣਾ ਕਰ ਗਈ ਹੁਣ ਵੀ ਗਵਰਨਮੈਂਟ ਨੂੰ ਚਾਹੀਦਾ ਬੰਦੇ ਕਰੇ ਨਹੀਂ ਕੋਈ ਤੇ ਛੱਡਣਾ ਚਾਹੀਦਾ ਭੁੱਲਰ ਨੂੰ ਹੁਣ ਵੀ ਕਰੇ ਗਵਰਨਮੈਂਟ ਕੀ ਸੋਚ ਰਹੀ ਕੀ ਨਹੀਂ ਤਾਂ ਇਹ ਅੱਖਾਂ ਤੁਸੀਂ ਦੇਖ ਸਕਦੇ ਹੋ ਬਾਪੂ ਦੀਆਂ ਅੱਖਾਂ ਨਮ ਨੇਤਾ ਅੱਖਾਂ ਦੇ ਵਿੱਚ ਪਾਣੀ ਆ ਲੰਬੇ ਸਮੇਂ ਤੋਂ ਜਿਹੜਾ ਭੁੱਲਰ ਸਾਹਿਬ ਦੀ ਰਿਹਾਈ ਆ ਜਿਹੜੀ ਲੰਕੀ ਹੋਈ ਆ ਲੰਬੇ ਸਮੇਂ ਤੋਂ ਇਹ ਭੁੱਲਰ ਸਾਹਿਬ ਦਾ ਅੱਖਰ ਉਹਨਾਂ ਨੂੰ ਢੀਕ ਰਿਹਾ ਹੈ ਇਹਨਾਂ ਦੇ ਭਰਾ ਨੇ ਇਹ ਲੰਬੇ ਸਮੇਂ ਤੋਂ ਉਹਨਾਂ ਦੀ ਰਿਹਾਈ ਦੀ ਢੀਕ ਕਰ ਰਹੇ ਆ ਸਿੱਖ ਕੌਮ ਦਾ ਅਨਮੋਲ ਹੀਰਾ ਸਿੱਖ ਕੌਮ ਹਾਲਾਂਕਿ ਸਿੱਖ ਜੱਥੇਬੰਦੀਆਂ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇ ਪਰ ਅਨੇਕਾਂ ਜੱਥੇਬੰਦੀਆਂ ਨਾਲ ਜੱਥੇਬੰਦੀਆਂ ਵੀ ਜੱਥੇਬੰਦੀਆਂ ਦਾ ਹੱਕ ਮੰਨਦਾ ਇਸ ਪਰਿਵਾਰ ਦੇ ਨਾਲ ਖੜਨ ਦਾ ਆ ਕੇ ਮੁੱਦੇ ਚੁੱਕਦੀਆਂ ਨੇ ਪਰ ਇਹ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਣਿਆ ਹੋਇਆ ਵੋਟਾਂ ਦੇ ਵਿੱਚ ਮੁੱਦਾ ਬਣਦਾ ਆ ਕੇ ਪਰ ਕਿਤੇ ਲੰਘ ਕੇ ਤੇ ਜਿਹੜਾ ਮੁੱਦਾ ਇਹ ਥੱਲੇ ਬਹਿ ਜਾਂਦਾ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਲੰਬੇ ਸਮੇਂ ਤੋਂ ਜਿਹੜੇ ਬੰਦੀ ਸਿੰਘ ਜਹਿਲਾਂ ਦੇ ਜਹਿਲਾਂ ਦੇ ਬੱਚੇ ਬੰਦ ਨੇ ਉਹਨਾਂ ਦੀ ਰਿਹਾਈ ਕਰਾਉਣੀ ਚਾਹੀਦੀ ਹੈ ਮੈਂ ਸਿਮਰਜੀਤ ਨਾਲ ਕੈਮਰਾਮੈਨ ਕੁਲਵੀਰ ਦੇ ਨਾਲ ਜੁੜੇ ਰਹੋ ਪੰਜਾਬ نیوز ਚੈਨਲ ਦੇ ਨਾਲ ਧੰਨਵਾਦ